ਸਟੂਡੈਂਟ, ਸਵਾਗਤ ਹੈ ਤੁਹਾਡਾ ਆਪਣੇ ਯੂਟਿਊਬ ਚੈਨਲ ਦੇ ਵਿੱਚ। ਅੱਜ ਆਪਾਂ ਇਸ ਵੀਡੀਓ ਦੇ ਅੰਦਰ ਕਲਾਸ 8ਵੀਂ ਵਾਲਿਆਂ ਦਾ ਕੰਪਿਊਟਰ ਸਾਇੰਸ ਦਾ ਪੇਪਰ, ਜਿਹੜਾ ਕਿ ਸਤੰਬਰ ਦਾ ਬਹੁਤ ਇੰਪੋਰਟੈਂਟ ਪੇਪਰ ਹੈ, ਤੁਸੀਂ ਦੇਖ ਸਕਦੇ ਹੋ। ਇਹ ਵੀਡੀਓ ਐਂਡ ਤੱਕ ਜ਼ਰੂਰ ਦੇਖਿਓ, ਚੈਨਲ 'ਤੇ ਨਵੇਂ ਹੋ ਚੈਨਲ ਨੂੰ ਸਬਸਕ੍ਰਾਈਬ ਕਰ ਲਓ। ਆਪਾਂ ਇਹ ਵੀਡੀਓ ਦੇ ਅੰਦਰ ਹੀ ਸਾਰੇ ਜਿਹੜੇ ਕਿ ਇਸ ਪੇਪਰ ਦਾ ਸਲਿਊਸ਼ਨ ਹੈ ਉਹ ਦੇਖਾਂਗੇ, ਅਤੇ ਬਹੁਤ ਇੰਪੋਰਟੈਂਟ ਕੁਸ਼ਚਨ ਹੈ ਭਾਗ ਊੜੇ ਦੇ ਵਿੱਚ, ਜਿਹੜੇ ਕਿ ਤੁਹਾਨੂੰ ਵਸਤੂਨਿਸ਼ਠ ਪ੍ਰਸ਼ਨ ਆਉਣਗੇ, ਜਿਹੜੇ ਕਿ ਤੁਹਾਡੇ 1-1 ਮਾਰਕਸ ਦੇ ਹੋਣਗੇ, ਠੀਕ ਹੈ। ਅਤੇ ਫਸਟ ਕੁਸ਼ਚਨ ਹੈਗਾ, ਬਹੁ ਵਿਕਲਪੀ ਪ੍ਰਸ਼ਨ ਮਲਟੀਪਲ ਚੋਇਸ ਆਂਸਰ ਹੈ। ਡੈਸ਼ ਫੋਂਟ ਕੈਨ ਬੀ ਯੂਜ਼ ਟੂ ਟਾਈਪ ਇਨ ਪੰਜਾਬੀ, ਤਾਂ ਕਹਿੰਦੇ ਕਿਹੜਾ ਫੋਂਟ ਦੀ ਵਰਤੋਂ ਕੀਤੀ ਜਾਂਦੀ ਹੈ ਕਿ ਅਸੀਂ ਪੰਜਾਬੀ 'ਚ ਟਾਈਪ ਕਰੀਏ। ਤਾਂ ਤੁਹਾਨੂੰ ਸਭ ਨੂੰ ਪਤਾ ਹੋਣਾ ਚਾਹੀਦਾ ਹੈ ਜਿਹੜਾ ਕਿ ਰਾਵੀ ਹੈ ਫੋਂਟ, ਉਹ ਪੰਜਾਬੀ ਦੇ ਵਿੱਚ ਟਾਈਪ ਕਰਨ 'ਚ ਮਦਦ ਕਰਦਾ, ਤਾਂ ਇਸਦਾ ਇਹ ਰਾਈਟ ਆਂਸਰ ਹੈ। ਚਲੋ ਆਪਾਂ ਨੈਕਸਟ ਕੁਸ਼ਚਨ ਦੇਖਦੇ ਹਾਂ। ਹਾਂਜੀ, ਸੈਕਿੰਡ ਕੁਸ਼ਚਨ, ਵਿੱਚ ਆਫ ਦੀ ਫੋਲੋਇੰਗ ਯੂਨੀਕੋਡ ਫੋਂਟ ਕੈਨ ਬੀ ਯੂਜ਼ਡ ਫੋਰ ਟਾਈਪਿੰਗ ਇਨ ਪੰਜਾਬੀ, ਤਾਂ ਉਹ ਕਹਿੰਦੇ ਕਿਹੜਾ ਕੋਡ ਹੈ ਜਿਹੜਾ ਕਿ ਟਾਈਪਿੰਗ ਇਨ ਪੰਜਾਬੀ ਕੀਤਾ ਜਾਂਦਾ, ਤਾਂ ਇਸਦਾ ਵੀ ਜਿਹੜਾ ਕੀ ਆਂਸਰ ਆਊਗਾ, ਰਾਵੀ। ਰਾਵੀ ਜਿਹੜਾ ਕਿ ਪੰਜਾਬੀ ਟਾਈਪਿੰਗ ਕਰਨ ਦੇ ਵਿੱਚ ਮਦਦ ਕਰਦਾ ਹੈ। ਨੈਕਸਟ ਕੁਸ਼ਚਨ ਦੇਖਦੇ ਹਾਂ, ਵਿੱਚ ਆਫ ਦੀ ਫੋਲੋਇੰਗ ਫੋਨੈਟਿਕ ਫੋਂਟ ਕੈਨ ਬੀ ਯੂਜ਼ਡ ਫੋਰ ਟਾਈਪਿੰਗ ਇਨ ਪੰਜਾਬੀ, ਕਹਿੰਦੇ ਕਿਹੜਾ ਫੋਨੈਟਿਕ ਜਿਹੜਾ ਫੋਂਟ ਹੈ ਪੰਜਾਬੀ ਟਾਈਪਿੰਗ ਦੇ ਵਿੱਚ। ਹੁਣ ਫੋਨੈਟਿਕ ਫੋਨ ਪੁੱਛਿਆ, ਤਾਂ ਇਸ ਲਈ ਆਪਾਂ ਕਿਹੜਾ ਆਪਸ਼ਨ ਟਿਕ ਲਾਵਾਂਗੇ, ਐਸਿਸ, ਠੀਕ ਹੈ। ਇਹ ਵਾਲਾ ਜਿਹੜਾ ਫੋਂਟ ਹੈ ਯੂਜ਼ ਕੀਤਾ ਜਾਂਦਾ, ਫੋਨੈਟਿਕ ਫੋਂਟ। ਅੱਗੇ ਇੰਟਰਨੈਸ਼ਨਲ ਨੈਟਵਰਕ ਆਫ ਕੰਪਿਊਟਰ ਇਜ਼ ਨੋਨ ਐਜ਼, ਤਾਂ ਸਭ ਨੂੰ ਪਤਾ ਇੰਟਰਨੈਟ, ਇੰਟਰਨੈਟ ਨੂੰ ਜਿਹੜਾ ਕੀ ਕਿਹਾ ਜਾਂਦਾ, ਨੈਟਵਰਕ ਆਫ ਕੰਪਿਊਟਰ। ਨੈਕਸਟ ਦੇਖਦੇ ਹਾਂ, ਹੁਣ ਕੁਸ਼ਚਨ ਹੈਗਾ, ਆ ਡੈਸ਼ ਇਜ਼ ਐਨ ਔਨਲਾਈਨ ਕਨਵਰਜੇਸ਼ਨ ਓਵਰ ਦੀ ਇੰਟਰਨੈਟ, ਤਾਂ ਇਸਦਾ ਆਂਸਰ ਹੈਗਾ ਚੈਟਿੰਗ। ਚੈਟਿੰਗ ਜਿਹੜਾ ਕਿ ਔਨਲਾਈਨ ਕਨਵਰਜੇਸ਼ਨ ਕਰ ਸਕਦੇ, ਆਪਾਂ ਗੱਲਬਾਤ ਕਰ ਸਕਦੇ ਇੱਕ ਦੂਜੇ ਦੇ ਨਾਲ, ਠੀਕ ਹੈ। ਨੈਕਸਟ ਹੈਗਾ 6th ਕੁਸ਼ਚਨ, ਡੈਸ਼ ਇਜ਼ ਅ ਡਿਵਾਈਸ ਦੈਟ ਕਨੈਕਟ ਆ ਕੰਪਿਊਟਰ ਵਿਦ ਟੈਲੀਫੋਨ ਲਾਈਨ, ਤਾਂ ਉਹ ਕਿਹੜਾ ਡਿਵਾਈਸ ਹੈ ਜੋ ਕੰਪਿਊਟਰ ਨੂੰ ਟੈਲੀਫੋਨ ਲਾਈਨ ਨਾਲ ਜੋੜਦਾ ਹੈ, ਤਾਂ ਉਹ ਕਿਹੜਾ ਡਿਵਾਈਸ ਹੈਗਾ, ਮੋਡਮ। ਮੋਡਮ ਜਿਹੜਾ ਕਿ ਹੈਲਪ ਕਰਦਾ ਸਾਨੂੰ ਟੈਲੀਫੋਨ ਲਾਈਨ ਨਾਲ ਜੋੜਦਾ ਹੈ। ਡੈਸ਼ ਤੋਂ ਭਾਵ ਸਾਡਾ ਕੰਪਿਊਟਰ ਇੰਟਰਨੈਟ ਤੋਂ ਡਾਟਾ ਪ੍ਰਾਪਤ ਕਰਦਾ। ਜਦੋਂ ਆਪਾਂ ਕੋਈ ਵੀ ਚੀਜ਼ ਆਪਾਂ ਖੋਲ੍ਹਦੇ ਹਾਂ ਵੈਬਸਾਈਟ 'ਤੇ, ਤਾਂ ਕਈ ਵਾਰੀ ਆਪਾਂ ਉੱਪਰ ਡਾਊਨਲੋਡਿੰਗ ਲਿਖਿਆ ਆ ਜਾਂਦਾ, ਮਤਲਬ ਕੋਈ ਵੀ ਚੀਜ਼ ਆ ਉਹ ਸਾਡੇ ਫੋਨ ਦੇ ਵਿੱਚ ਪਹਿਲਾਂ ਕੀ ਹੁੰਦੀ ਹੈ, ਡਾਊਨਲੋਡ, ਫਿਰ ਆਪਾਂ ਉਸਨੂੰ ਦੇਖਦੇ ਹਾਂ। ਤਾਂ ਆਪਾਂ ਇਸਦਾ ਆਪਸ਼ਨ ਕੀ ਟਿਕ ਲਵਾਂਗੇ, ਡਾਊਨਲੋਡਿੰਗ। ਡਾਊਨਲੋਡਿੰਗ ਮੀਨਸ ਆਵਰ ਕੰਪਿਊਟਰ ਇਜ਼ ਰਿਸੀਵਿੰਗ ਡਾਟਾ ਫਰੋਮ ਇੰਟਰਨੈਟ, ਠੀਕ ਹੈ। ਨੈਕਸਟ ਹੈਗਾ, ਡੈਸ਼ ਮੀਨਸ ਟੂ ਮੂਵ ਫਰੋਮ ਪਲੇਸ ਟੂ ਪਲੇਸ ਔਨ ਦੀ ਇੰਟਰਨੈਟ ਟੂ ਸਰਚ ਫੋਰ ਟੋਪਿਕ ਆਫ ਇੰਟਰਨੈਟ, ਤਾਂ ਅਸੀਂ ਪਲੇਸ ਟੂ ਪਲੇਸ ਮਤਲਬ ਅਲੱਗ ਅਲੱਗ ਵੈਬਸਾਈਟਾਂ 'ਤੇ ਜਾਂਦੇ ਹਾਂ, ਵੈਬਸਾਈਟਾਂ 'ਤੇ ਜਾ ਕੇ ਅਸੀਂ ਜਿਹੜੀ ਕਿ ਉਹ ਕਰਦੇ ਹਾਂ, ਮਤਲਬ ਵੈਬ ਸਫਰਿੰਗ ਕਰਦੇ ਹਾਂ, ਡਾਊਨਲੋਡ ਕਰਦੇ, ਸਰਚਿੰਗ ਕਰਦੇ ਹਾਂ। ਤਾਂ ਆਪਾਂ ਇਸਦਾ ਕੀ ਆਂਸਰ ਲਾਵਾਂਗੇ, ਆਲ ਆਫ ਦੀਸ, ਕਿਉਂਕਿ ਆਪਾਂ ਵੈਬ ਸਰਚ ਵੀ ਕਰਦੇ ਹਾਂ, ਆਪਾਂ ਡਾਊਨਲੋਡ ਵੀ ਕਰਦੇ ਹਾਂ ਆਪਣੇ ਟੋਪਿਕ ਦੇ ਲਈ, ਆਪਣੀ ਵੈਬ ਸਫਰਿੰਗ ਵੀ ਕਰਦੇ ਹਾਂ, ਠੀਕ ਹੈ। ਇਸਦਾ ਇਹ ਰਾਈਟ ਆਂਸਰ ਹੈ। ਨੈਕਸਟ ਹੈਗਾ, ਆ ਡੈਸ਼ ਇਜ਼ ਦੀ ਪ੍ਰੋਸੈਸ ਆਫ ਪ੍ਰਜੈਂਟਿੰਗ ਆ ਟੋਪਿਕ ਟੂ ਐਨ ਆਡੀਅੰਸ, ਮਤਲਬ ਇੱਕ ਪ੍ਰੈਜੈਂਟਿੰਗ ਕਰਨ ਦੇ ਲਈ ਟੋਪਿਕ ਆਡੀਅੰਸ ਨੂੰ ਆਪਾਂ ਉਹਨੂੰ ਕੀ ਕਹਿੰਦੇ ਹਾਂ, ਪ੍ਰੈਜੈਂਟੇਸ਼ਨ। ਤਾਂ ਬੱਚੇ ਤੁਸੀਂ ਵੀ ਆਪਣੀ ਕਲਾਸ ਦੇ ਵਿੱਚ ਦਿੰਦੇ ਹੋਵੋਗੇ, ਇਹਨੂੰ ਆਪਾਂ ਕੀ ਕਹਿੰਦੇ ਹਾਂ, ਪ੍ਰੈਜੈਂਟੇਸ਼ਨ। ਅੱਗੇ ਡੈਸ਼ ਹੈਗਾ, ਅਗਲਾ ਕੁਸ਼ਚਨ ਹੈਗਾ, ਆ ਡੈਸ਼ ਇਜ਼ ਅ ਸਿੰਗਲ ਪੇਜ ਆਫ ਪ੍ਰੈਜੈਂਟੇਸ਼ਨ, ਇੱਕ ਸਿੰਗਲ ਪੇਜ ਪ੍ਰੈਜੈਂਟੇਸ਼ਨ ਨੂੰ ਆਪਾਂ ਇੱਕ ਸਿਰਫ ਕੀ ਕਹਿੰਦੇ ਹਾਂ, ਸਲਾਈਡ। ਤਾਂ ਇਸਦਾ ਆਂਸਰ ਕੀ ਹੋਊਗਾ, ਸਲਾਈਡ। ਆਪਾਂ ਨੈਕਸਟ ਦੇਖਦੇ ਹਾਂ, ਨੈਕਸਟ ਤੁਹਾਨੂੰ ਖਾਲੀ ਥਾਵਾਂ ਆਣਗੀਆਂ, ਇਹਨਾਂ ਦੇ ਵਿੱਚ ਪੂਰੇ ਨਾਮ ਲਿਖਣੇ ਨੇ, ਫਿਲਿਪਸ ਲਿਖਣੇ ਨੇ ਅਤੇ ਫੁੱਲ ਫੋਰਮ ਲਿਖਣੇ ਨੇ। ਅਤੇ ਯੂਨੀਕੋਡ ਦੀ ਫੁੱਲ ਫੋਰਮ ਕੀ ਹੋਊਗਾ, ਯੂਨੀਵਰਸਲ ਕਰੈਕਟਰ, ਠੀਕ ਹੈ। ਇਸਦਾ ਪੂਰਾ ਨਾਮ ਹੈ, ਫਿਰ ਵੀ ਅਗਰ ਤੁਹਾਨੂੰ ਇਸਦੇ ਵਿੱਚ ਡਾਊਟ ਲੱਗੇ ਤਾਂ ਸਰਚ ਕਰ ਸਕਦੇ ਹੋ ਗੂਗਲ ਅਸਿਸਟੈਂਟ ਜਾਂ ਗੂਗਲ 'ਤੇ, ਠੀਕ ਹੈ। ਟੂ ਯੂਜ਼ ਅ ਨੰਬਰ ਪੈਡ ਯੂ ਸ਼ੁੱਡ ਕੈਪਟਨ ਨਮ ਲੋਕ, ਸਾਨੂੰ ਕਿ ਜਿਹੜੀ ਕੀ ਆ ਔਨ ਰੱਖਣੀ ਪੈਂਦੀ ਹੈ ਜਦੋਂ ਆਪਾਂ ਕੀ ਕਰਦੇ ਹਾਂ, ਕੰਪਿਊਟਰ 'ਤੇ ਨੰਬਰ ਪੈਡ ਯੂਜ਼ ਕਰਦੇ ਹਾਂ। ਡਬਲਿਊ ਡਬਲਿਊ ਦਾ ਪੂਰਾ ਨਾਮ ਕੀ ਹੈਗਾ, ਡਬਲਿਊ ਡਬਲਿਊ ਦਾ ਪੂਰਾ ਨਾਮ ਹੈਗਾ ਵਰਲਡ ਵਾਈਡ ਵੈਬ, ਵਰਲਡ ਵਾਈਡ ਅਤੇ
ਵੈੱਬ। ਬੱਚੇ ਇਹੀ ਆਨਸਰ ਲਿਖ ਕੇ ਆਉਣਾ ਪੇਪਰ ਦੇ ਵਿੱਚ। ਈਮੇਲ ਦਾ ਪੂਰਾ ਨਾਮ ਕੀ ਹੈ? ਇਲੈਕਟ੍ਰੋਨਿਕ ਮੇਲ, ਠੀਕ ਹੈ, ਇਲੈਕਟ੍ਰੋਨਿਕ ਮੇਲ ਇਸਦਾ ਆਨਸਰ ਲਾ ਕੇ ਆਉਣਾ। ਅਤੇ ਨੈਕਸਟ ਹੈਗਾ ਬੱਚੋ ਫਿਫਥ ਕੁਸ਼ਚਨ, ਮੋਡਮ ਦਾ ਪੂਰਾ ਨਾਮ ਕੀ ਹੈ? ਮੋਡਮ ਦਾ ਨਾਮ ਹੈਗਾ ਮੋਡੂਲੇਟਰ, ਠੀਕ ਹੈ। ਇੱਥੇ ਤੁਸੀਂ ਮੋਡੂਲੇਟਰ ਲਿਖਿਓ ਅਤੇ ਡੀ ਮੋਡੂਲੇਟਰ, ਮੋਡੂਲੇਟਰ ਅਤੇ ਡੀ ਮੋਡੂਲੇਟਰ ਜਿਹੜਾ ਕਿ ਮੋਡਮ ਦਾ ਨੇਮ ਹੈ। ਆਪਾਂ ਬੱਚੋ ਨੈਕਸਟ ਦੇਖਦੇ ਹਾਂ, ਸਕਰੀਨਸ਼ੋਟ ਲਾਈ ਜਾਇਓ ਨਾਲ ਦੀ ਨਾਲ, ਠੀਕ ਹੈ। ਅੱਗੇ ਗੱਲ ਸੈਵਨਥ ਹੈਗਾ ਡੈਸ਼ ਇਲੈਕਟ੍ਰੋਨਿਕ ਕਮਰਸ ਜਾਂ ਵਪਾਰ ਜਾਂ ਕਰਨ ਦਾ ਇੱਕ ਤਰੀਕਾ ਹੈ ਜੋ ਯੂਜ਼ਰ ਨੂੰ ਇੰਟਰਨੈਟ 'ਤੇ ਵੈਬ ਬਰਾਊਜ਼ਰ ਕਰਦੇ ਹੋਏ ਚੀਜ਼ਾਂ ਜਾਂ ਸੇਵਾਵਾਂ ਖਰੀਦਣ ਦੀ ਸੁਵਿਧਾ ਪ੍ਰਦਾਨ ਕਰਦਾ। ਤਾਂ ਆਪਾਂ ਇਸਦਾ ਕੀ ਲਾਵਾਂਗੇ? ਈ ਕਮਰਸ। ਈ ਕਮਰਸ ਤੁਹਾਨੂੰ ਪਤਾ ਇਲੈਕਟ੍ਰੋਨਿਕ ਕਮਰਸ ਹੈ ਜਿਹੜੀ ਸੇਲ ਪਰਚੇਜ਼ ਆਪਾਂ ਕਰ ਸਕਦੇ ਹਾਂ। ਅੱਗੇ ਨੈਕਸਟ ਹੈਗਾ ਏਟਥ, ਡੈਸ਼ ਸਾਡੀ ਪ੍ਰੈਜੈਂਟੇਸ਼ਨ ਵਿੱਚ ਮੌਜੂਦਾ ਸਲਾਈਡ ਨੂੰ ਦਰਸਾਉਂਦਾ ਹੈ। ਡੈਸ਼ ਕੰਟੇਨ ਦੀ ਕਰੰਟ ਸਲਾਈਡ ਦਾ ਸਲਾਈਡ ਪੇਨ, ਜਿਹੜਾ ਸਾਡਾ ਕਿ ਸਲਾਈਡ ਨੂੰ ਦਿਖਾਉਂਦਾ ਹੈ, ਸਲਾਈਡ ਪੇਨ ਲਗਾ ਕੇ ਆਉਣਾ ਇਸਦਾ। ਨੈਕਸਟ ਹੈਗਾ ਸਹੀ ਹੈ ਗਲਤ ਕਰਨੇ ਆ, ਸਹੀ ਹੈ ਗਲਤ ਹੈਗਾ। ਫਸਟ ਹੈਗਾ ਸ਼ੋਰਟਕੱਟ ਕੀ ਟੂ ਸੇਵ ਪ੍ਰੈਜੈਂਟੇਸ਼ਨ, ਤਾਂ ਇਸਦਾ ਸੇਵ ਕਰਨ ਦਾ ਜਿਹੜਾ ਕੀ ਹੈਗੀ ਸ਼ੋਰਟਕੱਟ ਕੀ? ਕੰਟਰੋਲ ਐਸ ਸੇਵ ਹੋ ਸਕਦੀ ਹੈ, ਠੀਕ ਹੈ, ਅਤੇ ਸੇਵ ਐਜ਼ ਵੀ ਕਰ ਸਕਦੇ ਆਪਾਂ। ਨੈਕਸਟ ਦੇਖਦੇ ਹਾਂ ਇਸਦੇ ਵਿੱਚ ਹੈਗਾ ਹੈ ਪਹਿਲੀ ਸਲਾਈਡ ਤੋਂ ਸਲਾਈਡ ਸ਼ੋ ਸ਼ੋਰਟਕੱਟ ਕੀ ਦੀ ਸ਼ੋਰਟਕੱਟ ਕੀ ਲਿਖੋ। ਮੈਂ ਸ਼ੋਰਟਕੱਟ ਕੀ ਟੂ ਸਟਾਰਟ ਸਲਾਈਡ ਸ਼ੋ ਫਰੋਮ ਫਸਟ ਸਲਾਈਡ, ਤਾਂ ਇਸਦੇ ਲਈ ਆਪਾਂ ਕੀ ਕਰ ਸਕਦੇ ਹਾਂ? ਸ਼ੋਰਟਕੱਟ ਕੀ ਸਟਾਰਟ ਐਫ ਫਾਈਵ ਦੱਬਣ ਦੇ ਨਾਲ ਜਿਹੜੀ ਕਿ ਤੁਹਾਡੀ ਸਲਾਈਡ ਹੈ ਜਿਹੜੀ ਕਿ ਔਨ ਹੋ ਜੂਗੀ, ਠੀਕ ਹੈ। ਅੱਗੇ ਨੈਕਸਟ, ਟੱਚ ਟਾਈਪਿੰਗ ਇੱਕ ਅਜਿਹੀ ਤਕਨੀਕ ਹੈ ਜਿਸ ਰਾਹੀਂ ਅਸੀਂ ਕੀਬੋਰਡ ਨੂੰ ਦੇਖਦੇ ਹੋਏ ਤੇਜ਼ ਰਫ਼ਤਾਰ ਨਾਲ ਟਾਈਪਿੰਗ ਕਰਨੀ ਸਿੱਖ ਸਕਦੇ ਹਾਂ। ਹਾਂ, ਟੱਚ ਟਾਈਪਿੰਗ ਇਹੀ ਹੈ ਕਿ ਆਪਾਂ ਬਿਨਾਂ ਦੇਖੇ ਕਿ ਅਸੀਂ ਜਲਦੀ ਜਲਦੀ ਜਿਹੜੀ ਕਿ ਟਾਈਪਿੰਗ ਕਰਨੀ ਹੈ। ਅੱਗੇ ਹੈਗਾ ਸਪੇਸ ਬਾਰ ਕੀ ਲਗਾਉਣ ਲਈ ਅਸੀਂ ਛੋਟੀ ਉਂਗਲ ਦੀ, ਅਤੇ ਇਸਦਾ ਕੀ ਹੈ? ਰੋਂਗ। ਆਪਾਂ ਹਮੇਸ਼ਾ ਕੀ ਹੈ ਥੰਬਨੇਲ ਥੰਬ ਦਾ ਜਿਹੜਾ ਕਿ ਇਸਤੇਮਾਲ ਕਰਦੇ ਹਾਂ। ਔਫਲਾਈਨ ਮੀਨਸ ਆਪਾਂ ਕਨੈਕਟ ਹੈ ਇੰਟਰਨੈਟ, ਨੋ ਰੋਂਗ, ਤਾਂ ਔਫਲਾਈਨ ਹੀ, ਔਨਲਾਈਨ ਹੋ ਕੇ ਆਪਾਂ ਇੰਟਰਨੈਟ ਦੇ ਨਾਲ ਕਨੈਕਟ ਹੁੰਦੇ ਹਾਂ, ਠੀਕ ਹੈ ਬੱਚੇ। ਏ ਇਸ ਦੇ ਰਾਈਟ ਆਂਸਰ ਸੀ। ਆਪਾਂ ਨੈਕਸਟ ਦੇਖਦੇ ਹਾਂ ਭਾਗ ਐਡ ਆਊਗਾ, ਛੋਟੇ ਉੱਤਰਾਂ ਵਾਲੇ ਜਿਹੜੇ ਆਂਸਰ ਆਉਣਗੇ। ਟੱਚ ਟਾਈਪਿੰਗ ਤੋਂ ਕੀ ਭਾਵ ਹੈ? ਟੱਚ ਟਾਈਪਿੰਗ ਤੋਂ ਭਾਵ ਹੈ ਆਹ ਜਿਹੜਾ ਉੱਪਰ ਲਿਖਿਆ ਹੋਇਆ ਨਾ ਟੱਚ ਟਾਈਪਿੰਗ। ਟੱਚ ਟਾਈਪਿੰਗ ਜੇਕਰ ਇਹੀ ਪੇਪਰ ਆਉਂਦਾ ਤਾਂ ਟੱਚ ਟਾਈਪਿੰਗ ਦੇ ਵਿੱਚ ਲਿਖਣਾ ਇਜ਼ ਅ ਟੈਕਨੀਕ ਬਾਏ ਯੂਜ਼ ਵੀ ਕੈਨ ਲਰਨ ਟਾਈਪਿੰਗ ਵਿਦ ਆਲ ਫਿੰਗਰ ਵਾਈ ਲੁਕਿੰਗ ਐਟ ਕੀਬੋਰਡ, ਠੀਕ ਹੈ। ਇਹ ਵਾਲੀ ਟੱਚ ਟਾਈਪਿੰਗ ਟੈਕਨੀਕ ਅੱਗੇ ਆਪਾਂ ਨੈਕਸਟ ਦੇਖਦੇ ਹਾਂ। ਅਤੇ ਇੱਥੇ ਤੁਸੀਂ ਫੋਂਟ ਲਿਖਣੇ ਨੇ, ਨੇਮ ਐਨੀ ਥ੍ਰੀ ਫੋਂਟ ਪੰਜਾਬੀ ਲੈਂਗੁਏਜ ਦੇ। ਇੱਕ ਤਾਂ ਤੁਹਾਨੂੰ ਰਾਹ ਵੀ ਪਤਾ ਹੀ ਹੈ, ਅਤੇ ਦੂਜੇ ਵੀ ਤੁਸੀਂ ਅਨਮੋਲ ਲਿਪੀ ਲਿਖ ਸਕਦੇ, ਅਨਮੋਲ ਲਿਪੀ ਵੀ ਜਿਹੜੀ ਕਿ ਹੈਲਪ ਕਰਦੀ ਹੈ, ਠੀਕ ਹੈ। ਬਾਕੀ ਤੁਸੀਂ ਵਟ ਇਜ਼ ਅ ਇੰਟਰਨੈਟ, ਇੰਟਰਨੈਟ ਹੈਲਪ ਟੂ ਕਨੈਕਟ ਵਿਦ ਦ ਵਰਲਡ ਐਂਡ ਕਮਿਊਨੀਕੇਟ ਵਿਦ ਦ ਅਦਰਸ, ਠੀਕ ਹੈ। ਇਹਨੂੰ ਆਪਾਂ ਇੰਟਰਨੈਟ ਕਹਿੰਦੇ ਹਾਂ। ਅੱਗੇ ਗਿਵ ਸਮ ਐਗਜ਼ਾਮਪਲ ਆਫ ਇੰਟਰਨੈਟ ਸਰਵਿਸ ਪ੍ਰੋਵਾਈਡਰ, ਅਜਿਹੀਆਂ ਐਗਜ਼ਾਮਪਲਾਂ ਦੇ ਨੇਮ ਦੱਸੋ ਜਿਹੜੇ ਕਿ ਇੰਟਰਨੈਟ ਸਰਵਿਸ ਪ੍ਰੋਵਾਈਡ ਕਰਦੀਆਂ। ਤਾਂ ਤੁਸੀਂ ਸਭ ਤੋਂ ਪਹਿਲਾਂ ਫਸਟ ਕੀ ਲਿਖ ਕੇ ਆਉਣੇ? ਈਮੇਲ। ਈਮੇਲ ਸਾਨੂੰ ਇੰਟਰਨੈਟ ਸਰਵਿਸ ਪ੍ਰੋਵਾਈਡ ਕਰਦੀ ਹੈ। ਈ ਕਮਰਸ, ਠੀਕ ਹੈ, ਇਹ ਲਿਖਣਾ ਹੈ। ਕਮਿਊਨੀਕੇਸ਼ਨ, ਠੀਕ ਆ, ਕਮਿਊਨੀਕੇਸ਼ਨ ਲਿਖ ਕੇ ਆਉਣੀ ਹੈ, ਠੀਕ ਹੈ। ਅੱਗੇ ਨੈਕਸਟ ਹੈਗਾ ਵਟ ਇਜ਼ ਸਰਚਿੰਗ। ਸਰਚਿੰਗ ਹੈਲਪ ਟੂ ਸਰਚ ਐਨੀਥਿੰਗ ਔਨ ਇੰਟਰਨੈਟ ਵਿੱਚ ਹੈਲਪ ਟੂ ਐਕਸੈਸ ਡਾਟਾ, ਠੀਕ ਹੈ। ਅਸੀਂ ਸਰਚਿੰਗ ਦਾ ਮਤਲਬ ਹੁੰਦਾ ਅਸੀਂ ਕੋਈ ਵੀ ਜਿਹੜੀ ਚੀਜ਼ ਸਰਚ ਕਰਦੇ ਹਾਂ ਇੰਟਰਨੈਟ 'ਤੇ, ਅਤੇ ਸਾਨੂੰ ਜਿਸਦਾ ਵੀ ਸਲਿਊਸ਼ਨ ਹੈ ਸਾਨੂੰ ਮਿਲਦਾ ਹੈ। ਅਤੇ ਤੁਸੀਂ ਆਪਾਂ ਇੰਗਲਿਸ਼ ਦੀ ਲੈਂਗੁਏਜ ਦੇ ਵਿੱਚ ਵੀ ਤੁਸੀਂ ਆਪਣਾ ਸਰਚ ਕਰਕੇ ਲਿਖ ਸਕਦੇ ਹੋ। ਨੈਕਸਟ ਕੁਸ਼ਚਨ ਹੈਗਾ ਪਾਵਰ ਪੁਆਇੰਟ। ਵਟ ਇਜ਼ ਅ ਪਾਵਰ ਪੁਆਇੰਟ? ਪਾਵਰ ਪੁਆਇੰਟ ਹੈਲਪ ਟੂ ਪ੍ਰੈਜੈਂਟੇਟ ਅਵਰ ਪ੍ਰੈਜੈਂਟੇਸ਼ਨਸ, ਠੀਕ ਹੈ। ਅੱਗੇ ਰਾਈਟ ਆ ਸ਼ੋਰਟ ਨੋਟ ਔਨ ਪ੍ਰੈਜੈਂਟੇਸ਼ਨ, ਅਤੇ ਪ੍ਰੈਜੈਂਟੇਸ਼ਨ ਕੀ ਹੁੰਦੀ ਹੈ ਉਹਨਾਂ ਦੇ ਉੱਪਰ ਇੱਕ ਨੋਟ ਲਿਖਣਾ। ਅੱਗੇ ਭਾਗ ਈਡੀ ਵੱਡੇ ਉੱਤਰਾਂ ਵਾਲੇ ਆਉਂਗੇ। ਐਕਸਪਲੇਨ ਦੀ ਫੈਸਿਲਿਟੀ ਪ੍ਰੋਵਾਈਡ ਬਾਈ ਇੰਟਰਨੈਟ, ਤੁਹਾਨੂੰ ਦੱਸਿਆ ਈਮੇਲ ਲਿਖ ਦਿਓ, ਚੈਟਿੰਗ ਲਿਖ ਦਿਓ, ਠੀਕ ਹੈ, ਕਮਿਊਨੀਕੇਸ਼ਨ ਐਪ ਲਿਖ ਦਿਓ, ਵਟਸਐਪ ਲਿਖ ਦਿਓ, ਫੇਸਬੁੱਕ ਲਿਖ ਦਿਓ। ਅੱਗੇ ਵੈੱਬ ਸਰਚਿੰਗ, ਵੈੱਬ ਡਾਊਨਲੋਡਿੰਗ ਕਿੰਨਾ ਕੁਛ ਹੈ, ਠੀਕ ਹੈ। ਅੱਗੇ ਨੈੱਟ ਬੈਂਕਿੰਗ ਕੀ ਹੁੰਦੀ ਹੈ? ਨੈੱਟ ਬੈਂਕਿੰਗ ਇਜ਼ ਟ੍ਰਾਂਸਫਰ ਅਵਰ ਮਨੀ
ਵਿਦ ਇੰਟਰਨੈਟ, ਆਪਾਂ ਕੀ ਆਪਣਾ ਜਿਹੜਾ ਪੈਸੇ ਆ ਟ੍ਰਾਂਸਫਰ ਕਰ ਸਕਦੇ ਹਾਂ ਵਿਦ ਔਨਲਾਈਨ ਸਿਸਟਮ, ਠੀਕ ਹੈ। ਨੈੱਟ ਬੈਂਕਿੰਗ ਦੇ ਹੋਰ ਕਿਹੜੇ ਕਿਹੜੇ ਹੁੰਦੇ, NTFT ਹੁੰਦਾ ਇੱਕ, ਹੁੰਦਾ ਰੀਅਲ ਮਨੀ ਟ੍ਰਾਂਸਫਰ ਹੁੰਦਾ, ਠੀਕ ਹੈ। ਤਾਂ ਤੁਸੀਂ RTGS 'ਚ, ਅਤੇ ਇੱਕ ਤੁਸੀਂ ਲਿਖ ਕੇ ਆਇਓ ਉਹਦਾ ਗੂਗਲ ਪੇ ਲਿਖ ਕੇ ਆਇਓ, ਪੇਟੀਐਮ ਲਿਖ ਕੇ ਆਓ। ਇਹ ਸਾਰੇ ਜਿਹੜੇ ਕੀ ਹੈ ਨੈੱਟ ਬੈਂਕਿੰਗ ਦੀ ਐਗਜ਼ਾਮਪਲਸ ਨੇ। ਨੈੱਟ ਬੈਂਕਿੰਗ ਅਸੀਂ ਔਨਲਾਈਨ ਕਿਸੇ ਨੂੰ ਪੈਸੇ ਭੇਜਦੇ ਹਾਂ। ਅੱਗੇ ਹੈਗਾ ਐਕਸਪਲੇਨ ਅਬਾਊਟ ਔਨਲਾਈਨ ਸ਼ੋਪਿੰਗ। ਔਨਲਾਈਨ ਸ਼ੋਪਿੰਗ ਦਾ ਮਤਲਬ ਹੁੰਦਾ ਜਦੋਂ ਆਪਾਂ ਕੋਈ ਐਮਾਜ਼ੋਨ ਐਪ 'ਤੇ, ਫਲਿੱਪਕਾਰਟ ਐਪ 'ਤੇ ਜਿਹੜੀ ਕਿ ਆਪਾਂ ਔਨਲਾਈਨ ਸ਼ੋਪਿੰਗ ਕਰਦੇ ਹਾਂ ਉਸਦਾ ਲਿਖ ਕੇ ਆਉਣਾ ਤੁਸੀਂ ਸਾਰਾ। ਈਮੇਲ ਕੀ ਹੁੰਦੀ ਹੈ, ਐਡਵਾਂਟੇਜ ਦੱਸਣਾ ਈਮੇਲ ਦੇ। ਈਮੇਲ ਦਾ ਮੇਨ ਹੁੰਦਾ ਇਲੈਕਟ੍ਰੋਨਿਕ ਮੇਲ, ਆਪਾਂ ਕੋਈ ਵੀ ਜਿਹੜਾ ਮੈਸੇਜ ਹੈ ਇੰਟਰਨੈਟ ਦੇ ਥਰੂ ਆਪਾਂ ਕਿਸੇ ਦੂਸਰੇ ਨੂੰ ਭੇਜਦੇ ਹਾਂ। ਇਹਦਾ ਐਡਵਾਂਟੇਜ ਕੀ ਹੈ, ਟਾਈਮ ਸੇਵ ਹੋ ਜਾਂਦਾ ਹੈ, ਠੀਕ ਹੈ, ਅਤੇ ਕੁਰੈਕਟ ਰਹਿੰਦਾ ਹੈ ਅਤੇ ਸੇਫ ਰਹਿੰਦਾ। ਸਭ ਤੋਂ ਪਹਿਲਾਂ ਸੇਫ, ਕੋਈ ਰੀਡ ਨਹੀਂ ਕਰ ਸਕਦਾ, ਠੀਕ ਹੈ, ਹੋਰ ਟਾਈਮ ਘੱਟ ਲੱਗਦਾ, ਅਤੇ ਜਿਹੜੀ ਇਹਦੇ ਵਿੱਚ ਗੱਲ ਹੈ ਉਹ ਕਲੈਰਿਟੀ ਰਾਹੀਂ ਦੱਸੀ ਜਾ ਸਕਦੀ ਹੈ, ਠੀਕ ਹੈ। ਅਤੇ ਆਪਾਂ ਕਿਸੇ ਨੂੰ PDF ਵਗੈਰਾ ਵੀ ਭੇਜ ਸਕਦੇ ਹਾਂ। ਆਪਾਂ ਨੈਕਸਟ ਦੇਖਦੇ ਹਾਂ ਕੁਸ਼ਚਨ, ਬੱਚਿਓ ਤੁਹਾਡਾ ਲਾਸਟ ਸੀਗਾ। ਅਤੇ ਜੇਕਰ ਤੁਸੀਂ ਸਾਰੀ ਵੀਡੀਓ ਐਂਡ ਤੱਕ ਦੇਖੀ ਹੈ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ। ਜੇ ਵੀਡੀਓ ਵਧੀਆ ਲੱਗੀ ਕਮੈਂਟ ਕਰਕੇ ਜ਼ਰੂਰ ਦੱਸਿਓ। ਥੈਂਕ ਯੂ।